ਬਟਾਲਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਹੜਾ ਤੁਹਾਨੂੰ ਹੈਰਾਨ ਵੀ ਕਰੇਗਾ ਤੇ ਸੋਚਣ ਲਈ ਮਜਬੂਰ ਵੀ ਕਰ ਦੇਵੇਗਾ। ਇੱਥੇ ਦੀ ਰਹਿਣ ਵਾਲੀ ਔਰਤ ਜੋ ਕਿ 4 ਬੱਚਿਆਂ ਦੀ ਮਾਂ ਹੈ, ਉਸਨੇ ਆਪਣੇ ਪ੍ਰੇਮੀ ਜਿਸ ਦਾ ਵਿਆਹ ਹੋ ਰਿਹਾ ਸੀ, ਵਿਆਹ ਦੇ ਜਦ ਉਸਨੂੰ ਭਿਣਕ ਲੱਗਦੀ ਹੈ ਤਾਂ ਉਹ ਮੌਕੇ ਤੇ ਪਹੁੰਚ ਜਾਂਦੀ ਹੈ, ਫਿਰ ਰੱਜ ਕੇ ਹਾਈ ਵੋਲਟੇਜ ਡਰਾਮਾ ਕਰਦੀ ਹੈ, ਜਿਸ ਤੋਂ ਬਾਅਦ ਮੌਕੇ ਵਾਰਦਾਤ ਤੇ ਪੁਲਿਸ ਪਹੁੰਚ ਗਈ। ਜਾਣਕਾਰੀ ਮੁਤਾਬਕ ਲਾੜੇ ਨੂੰ ਆਪਣੇ ਨਾਲ ਪੁਲਿਸ ਥਾਣੇ 'ਚ ਲੈ ਗਈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਬਟਾਲਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਹੜਾ ਤੁਹਾਨੂੰ ਹੈਰਾਨ ਵੀ ਕਰੇਗਾ ਤੇ ਸੋਚਣ ਲਈ ਮਜਬੂਰ ਵੀ ਕਰ ਦੇਵੇਗਾ। ਇੱਥੇ ਦੀ ਰਹਿਣ ਵਾਲੀ ਔਰਤ ਜੋ ਕਿ 4 ਬੱਚਿਆਂ ਦੀ ਮਾਂ ਹੈ, ਉਸਨੇ ਆਪਣੇ ਪ੍ਰੇਮੀ ਜਿਸ ਦਾ ਵਿਆਹ ਹੋ ਰਿਹਾ ਸੀ, ਵਿਆਹ ਦੀ ਭਿਣਕ ਜਦ ਉਸਨੂੰ ਲੱਗ ਜਾਂਦੀ ਹੈ ਤਾਂ ਮੌਕੇ ਤੇ ਹੀ ਪਹੁੰਚ ਜਾਂਦੀ ਆ, ਫਿਰ ਰੱਜ ਕੇ ਹਾਈ ਵੋਲਟੇਜ ਡਰਾਮਾ ਕਰਦੀ ਆ, ਜਿਸ ਤੋਂ ਬਾਅਦ ਮੌਕੇ ਵਾਰਦਾਤ ਪੁਲਿਸ ਪਹੁੰਚ ਗਈ। ਜਾਣਕਾਰੀ ਮੁਤਾਬਕ ਲਾੜੇ ਨੂੰ ਆਪਣੇ ਨਾਲ ਲੈ ਗਈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਆ।